ਅਸੀਂ ਕੱਲ ਬੱਬੂ ਸਾਨੂੰ ਸ਼ਿਵਦਿਆਲ ਨਾਮ ਦਾ ਲੜਕੀ ਲੜਕਾ ਵਾਸੀ ਪਿੰਡ ਭਰਾੜੀ ਵਾਲ ਉਹਦੇ ਕੋਲੋਂ 105 ਗ੍ਰਾਮ ਹੈਰੋਇਨ ਬਰਾਮਦ ਕੀਤੀ। ਇਹਨਾਂ ਦੇ ਪਹਿਲਾਂ ਵੀ ਇੱਕ ਕੇਸ ਰਜਿਸਟਰ ਹੈ ਅਤੇ ਹੁਣ ਵੀ ਇਹਦੀ ਜਿਹੜੀ ਕੰਪਲੇਂਟ ਸੀਗੀ ਇਹ ਕੰਮ ਕਰ ਰਿਹਾ। ਇਹ ਸਾਡੇ ਮਾਨਯੋਗ ਕਮਿਸ਼ਨਰ ਸਾਹਿਬ ਸਰਦਾਰ ਗੋਪੀ ਸਿੰਘ ਜੀ ਭੁੱਲਰ IPS ADCP ਸਿਟੀ 1 ਡਾਕਟਰ ਮਹਿਤਾਬ ਸਿੰਘ ਜੀ ACP ਸੈਂਟਰਲ ਸੁਰਿੰਦਰ ਸਿੰਘ ਜੀ ਅਤੇ ਮੁੱਖ ਅਫਸਰ ਥਾਣਾ ਗੇਟ ਹਕੀਮਾ ਵੱਲੋਂ ਦਿਸ਼ਾ ਨਿਰਦੇਸ਼ ਜਾਰੀ ਹੋਏ ਸੀਗੇ ਕਿ ਇੱਕ ਜਿਹੜੇ ਨਾ ਮੁਹਿੰਮ ਚਲਾਈ ਹੋਈ ਹੈ ਕਿ ਜਿਹੜੇ ਸਾਡੇ ਹੈਗੇ ਨੇ NPS ਐਕਟ ਦੇ ਹੈਬਚੁਅਲ ਅਫੈਂਡਰ ਨੇ ਜਿਹੜੇ ਇਹ ਕੰਮ ਕਰਨ ਦੇ ਆਦੀ ਨੇ ਉਹਨਾਂ ਦੀ ਚੈਕਿੰਗ ਕੀਤੀ ਜਾਵੇ ਅਤੇ ਉਹਨਾਂ 'ਤੇ ਵੱਧ ਤੋਂ ਵੱਧ ਜਿਹੜੀ ਉਹ ਸਖਤੀ ਕੀਤੀ ਜਾਵੇ। ਅਤੇ ਉਸੇ ਘੜੀ ਤਹਿਤ ਅਸੀਂ ਕੱਲ੍ਹ ਬੱਬੂ ਸਨ ਆਫ ਸ਼ਿਵਦਿਆਲ ਨਾਮ ਦਾ ਲੜਕੀ ਲੜਕਾ ਵਾਸੀ ਪਿੰਡ ਭਰਾੜੀ ਵਾਲ ਉਹਦੇ ਕੋਲੋਂ 105 ਗ੍ਰਾਮ ਹੈਰੋਇਨ ਬਰਾਮਦ ਕੀਤੀ। ਪਹਿਲਾਂ ਵੀ ਕੋਈ ਮਾਮਲਾ ਕਿਉਂ? ਹਾਂਜੀ, ਇਹਨਾਂ 'ਤੇ ਪਹਿਲਾਂ ਵੀ ਇੱਕ ਕੇਸ ਰਜਿਸਟਰ ਹੈ ਅਤੇ ਹੁਣ ਵੀ ਇਹਦੀ ਜਿਹੜੀ ਕੰਪਲੇਂਟ ਸੀਗੀ ਇਹ ਕੰਮ ਕਰ ਰਿਹਾ। ਪੀਂਦਾ ਵੀ ਹੈ, ਨਸ਼ਾ ਕਰਦਾ ਵੀ ਹੈ ਜੀ? ਨਹੀਂ, ਕੋਈ ਖਾਸ ਗੱਲ ਨਹੀਂ। ਮਤਲਬ ਇਹ ਅਜੇ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਇਹਨਾਂ ਦਾ ਰਿਮਾਂਡ ਹਾਸਲ ਕੀਤਾ ਗਿਆ। ਡਿਊਰਿੰਗ ਇਨਵੈਸਟੀਗੇਸ਼ਨ ਜੋ ਗੱਲ ਸਾਹਮਣੇ ਆਈ ਵੀ ਤੁਹਾਨੂੰ ਦੱਸ ਦਿੱਤੀ ਜਾਏ। ਕੇਸ ਰਜਿਸਟਰ ਕਰਕੇ ਇਹਨਾਂ ਨੂੰ ਜਿਹੜਾ ਕੋਰਟ ਵਿੱਚ ਪੇਸ਼ ਕਰ ਦਿੱਤਾ ਵਾ ਅਤੇ ਨੈਕਸਟ ਜਿਹੜੀ ਆ ਪੁੱਛਗਿੱਛ ਕਰ ਰਹੇ ਹਾਂ ਜੀ। ਹੋਰ ਕੋਈ ਕੰਮ ਕਰਦਾ ਕਿ ਇਕੱਲਾ ਨਸ਼ਾ ਹੀ ਵੇਚਦਾ? ਨਹੀਂ, ਫਿਲਹਾਲ ਤਾਂ ਇਹੀ ਗੱਲ ਸਾਹਮਣੇ ਆਈ ਹੈ ਕਿ ਨਸ਼ਾ ਵੇਚਣ ਦਾ ਆਦੀ ਸੀ। ਸਰ, ਕੀ ਮੈਸੇਜ ਦੇਣਾ ਚਾਹੁੰਦੇ ਨੌਜਵਾਨਾਂ ਨੂੰ ਜਿਸ ਤਰ੍ਹਾਂ ਨਸ਼ੇ ਵਾਲੇ ਜਾਰੀ ਆ ਰਹੇ ਨੇ? ਸਾਡੀ ਇਹੀ ਅਪੀਲ ਆ ਜੋ ਸਾਡੇ ਕਮਿਸ਼ਨਰ ਸਾਹਿਬ ਵੱਲੋਂ ਹਦਾਇਤਾਂ ਨੇ ਕਿ ਜਿਹੜੀ ਨਵੀਂ ਪੀੜ੍ਹੀ ਆ ਉਹਨਾਂ ਨੂੰ ਇਸ ਚੀਜ਼ ਤੋਂ ਬਚਾਇਆ ਜਾਵੇ ਅਤੇ ਜਿਹੜਾ ਸਾਡੀ ਆਮ ਪਬਲਿਕ ਆ ਉਹ ਪੁਲਿਸ ਨੂੰ ਆਪਣਾ ਰਖਵਾਲਾ ਸਮਝੇ ਅਤੇ ਜਿਹੜੇ ਕ੍ਰਿਮੀਨਲ ਨੇ ਉਹ ਪੁਲਿਸ ਤੋਂ ਕੋਹਾਂ ਦੂਰ ਭੱਜਣ। ਇਹੀ ਸਾਡੇ ਕਮਿਸ਼ਨਰ ਸਾਹਿਬ ਦਾ ਮੈਸੇਜ ਹੈ ਅਤੇ ਇਹਦੇ ਤਹਿਤ ਹੀ ਅਸੀਂ ਆਪਣਾ ਜਿਹੜਾ ਕੰਮ ਕਰ ਰਹੇ ਹਾਂ। ਸਰ, ਪਤਾ ਲੱਗ ਸਕੇ ਜੀ ਨਸ਼ਾ ਕਿੱਥੋਂ ਲਿਆਉਂਦੇ ਸੀਗੇ? ਇਹ ਸਾਡਾ ਹੈਗਾ ਆ, ਮਤਲਬ ਸੀਕਰਟ ਮੈਟਰ ਆ। ਹਾਂ, ਜਦੋਂ ਅੱਗੇ ਨੈਕਸਟ ਅਸੀਂ ਪ੍ਰੋਸੈਸ ਕਾਮਯਾਬ ਹੋ ਜਾਵਾਂਗੇ ਫਿਰ ਜ਼ਰੂਰ ਦੱਸਾਂਗੇ।